ਕੱਲ ਦੇਰ ਰਾਤ ਨਗਰ ਨਿਗਮ ਫਗਵਾੜਾ ਦੀ ਟੀਮ ਵੱਲੋਂ ਫਗਵਾੜਾ ਦੇ ਓਂਕਾਰ ਨਗਰ ਵਿਖੇ ਨਜਾਇਜ਼ ਰੂਪ ਚ ਰੇੜੀਆਂ ਚੁੱਕੀਆਂ ਗਈਆਂ, ਜਿਸ ਦੇ ਸਬੰਧ ਚ ਰੇੜੀ ਵਾਲਿਆਂ ਨੇ ਵਿਕਾਸ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਅਸ਼ਵਨੀ ਸੋਤਾ ਨਾਲ ਮਿਲ ਕੇ ਨਗਰ ਨਿਗਮ ਦੇ ਕਮਿਸ਼ਨਰ ਨਾਲ ਇੱਕ ਮੀਟਿੰਗ ਕੀਤੀ, ਜਿਸ ਚ ਕਮਿਸ਼ਨਰ ਨੂੰ ਇਹ ਦੱਸਿਆ ਕਿ ਇਹਨਾਂ ਰੇੜੀਆਂ ਨਾਲ ਕਿਸੇ ਵੀ ਰਾਹਗੀਰ ਨੂੰ ਕੋਈ ਦਿੱਕਤ ਨਹੀਂ ਆਏਗੀ ਤੇ ਨਗਰ ਨਿਗਮ ਇਹਨਾਂ ਗਰੀਬਾਂ ਨਾਲ ਧੱਕਾ ਕਰ ਰਿਹਾ ਹੈ। ਯੁਵਾ ਵਿਕਾਸ ਮੋਰਚਾ ਦੇ ਮਾਧਿਅਮ ਨਾਲ ਇੱਕ ਵਫਦ ਕਮਿਸ਼ਨਰ ਸਾਹਿਬ ਨਗਰ ਨਿਗਮ ਬਖਤਾਵਰ ਸਿੰਘ ਜੀ ਨੂੰ ਮਿਲਿਆ, ਜਿਸ ਦੇ ਵਿੱਚ ਅਸੀਂ ਤਕਲੀਫ ਦੱਸੀ ਕਿ ਜੋ ਰੇੜੀਆਂ ਦਾ ਮੁੱਦਾ, ਜੋ ਇੱਕ ਰੇੜੀ ਓਂਕਾਰ ਨਗਰ 4 ਨੰਬਰ ਗਲੀ ਦੇ ਵਿੱਚ ਲੱਗਦੀ ਆ, ਜਿਸ ਜੋ ਕਿ ਇੱਕ ਪਲਾਟ ਦੇ ਵਿੱਚ ਲੱਗਦੀ ਆ, ਨਾ ਕਿ ਉਹ ਟ੍ਰੈਫਿਕ ਨੂੰ ਹਰਾਸਮੈਂਟ ਕਰ ਰਹੀ ਆ, ਔਰ ਜੋ ਇਹ ਸਿਰਫ ਇੱਕ ਪੋਲੀਟੀਕਲ ਦਬਾਅ ਹੇਠ ਹੋ ਰਿਹਾ। ਕਮਿਸ਼ਨ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਇੱਕ ਤਾਂ ਰੇੜੀ ਉਸੇ ਟਾਈਮ ਰਿਲੇਫ ਕਰ ਦਿੱਤੀ ਆ, ਔਰ ਇੱਕ ਜੇਕਰ ਉਹ ਟ੍ਰੈਫਿਕ ਨੂੰ ਨਹੀਂ ਹਰਾਸਮੈਂਟ ਕਰਦੇ ਗਈ ਤਾਂ ਉਹ ਰੇੜੀ ਉੱਥੇ ਹੀ ਲੱਗੇਗੀ। ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਬਹੁਤ ਜਲਦੀ ਇੱਕ ਰੇੜੀਆਂ ਵਾਸਤੇ ਪੂਰੇ ਇੱਕ ਸਥਾਨ ਬਣਾ ਰਹੇ, ਜਗ੍ਹਾ ਬਣਾ ਰਹੇ ਹਾਂ, ਤਾਂ ਅਸੀਂ ਉਹਨਾਂ ਲਈ ਇਹਨਾਂ ਲਈ ਵੀ ਇਸ ਗੱਲ ਦੀ ਥੈਂਕ ਯੂ ਕਰਦੇ ਹਾਂ। ਪਰ ਇੱਕ ਜ਼ਰੂਰ ਅਸੀਂ ਕਹਿਣਾ ਚਾਹੁੰਦੇ ਹਾਂ ਕਮਿਸ਼ਨਰ ਸਾਹਿਬ ਨੂੰ, ਕਿ ਕਮਿਸ਼ਨਰ ਸਾਹਿਬ ਅਸੀਂ ਇਹ ਗੱਲ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਨਾ ਧੱਕਾ ਕਰਨਾ ਔਰ ਨਾ ਧੱਕਾ ਸਹਿਣਾ। ਜੇਕਰ ਇੱਕ ਰੇੜੀ ਵਾਲੇ ਨਾਲ ਇਹ ਕੰਮ ਕਰੂਗੇ ਤਾਂ ਫਿਰ ਸਾਰੇ ਸ਼ਹਿਰ ਦੇ ਵਿੱਚ ਜੋ ਨਜਾਇਜ਼ ਕਬਜ਼ੇ ਆ, ਜੋ ਰੇੜੀਆਂ ਨੇ, ਜੋ ਦੁਕਾਨਾਂ ਵਾਲਿਆਂ ਨੇ ਕੀਤਾ ਪਿਆ, ਉਸ ਨੂੰ ਸਾਰਿਆਂ ਨੂੰ ਹਟਾਉਣ ਦੀ ਬੇਨਤੀ ਕਰਦੇ ਹਾਂ। ਫਿਰ ਇੱਕ ਦੇ ਨਾਲ ਨਾ ਧੱਕਾ ਕਰੋ, ਜੇ ਸਫਾਈ ਕਰਨੀ ਆ ਫਗਵਾੜੇ ਸ਼ਹਿਰ ਦੀ, ਜੇ ਧੱਕਾ ਪੂਰਾ ਇੱਕ ਬੰਦੇ ਦੀ ਬਜਾਏ ਸਾਰਿਆਂ ਨਾਲ ਹੀ ਕਰਨਾ ਜ਼ਰੂਰੀ ਹੈ। ਇਸ ਲਈ ਮੈਂ ਬਖਤਾਵਰ ਸਿੰਘ ਜੀ ਦਾ ਬਹੁਤ ਥੈਂਕ ਯੂ ਕਰਦਾ ਕਿ ਜਿਨ੍ਹਾਂ ਨੇ ਬੀਬੀ ਦੀ ਬਾਸਮਤੀ ਜੀ ਦੀ ਜੋ ਰੇੜੀ ਦੀ ਦਰਖਾਸਤ ਸੀਗੀ ਉਸ ਟਾਈਮ ਬਹਾਲ ਕਰ ਦਿੱਤੀ, ਔਰ ਇਹਨਾਂ ਦੀ ਰੇੜੀ ਉੱਥੇ ਹੀ ਲਵਾਉਣ ਦਾ ਸਾਨੂੰ ਪੂਰਾ ਆਸ਼ਵਾਸਨ ਦਿੱਤਾ। ਥੈਂਕ ਯੂ। ਅਤੇ ਕਿੰਨੀਆਂ ਰੇੜੀਆਂ? ਨਗਰ ਨਿਗਮ ਕਮਿਸ਼ਨਰ ਫਗਵਾੜਾ ਨੇ ਇਸ ਸਬੰਧੀ ਗੱਲਬਾਤ ਦੌਰਾਨ ਮੀਡੀਆ ਨੂੰ ਦੱਸਿਆ ਕਿ ਉਹਨਾਂ ਵੱਲੋਂ ਹਾਲ ਦੀ ਘੜੀ ਰੇੜੀਆਂ ਨੂੰ ਬਹਾਲ ਕਰ ਦਿੱਤਾ ਗਿਆ, ਪਰ ਜੇਕਰ ਰੇੜੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਵੇਗੀ ਤਾਂ ਫਿਰ ਤੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇੱਕ ਡੈਲੀਗੇਸ਼ਨ ਜ਼ਰੂਰ ਆਇਆ ਮੇਰੇ ਕੋਲ, ਜਿਹੜਾ ਡੈਲੀਗੇਸ਼ਨ ਕਹਿ ਰਿਹਾ ਕਿ ਉਹਨਾਂ ਨੇ ਇੱਕ ਰੇੜੀ ਚੁੱਕੀ ਹੈ, ਹਾਂਜੀ, ਜਿਹਦੇ ਬਰਗਰ ਆ ਜਾਂ ਨੂਡਲ ਵਗੈਰਾ ਬਣਾਉਂਦੇ ਸੀਗੇ, ਰੇੜੀ ਦੀ ਉਹ ਪਲਾਟ 'ਚ ਲੱਗਦੀ ਸੀ ਅਤੇ ਬਾਕੀ ਕਿਸੇ ਨੂੰ ਜਿਹੜਾ ਹੈਗਾ ਆ ਉਹਨਾਂ ਨੇ ਛੇੜਿਆ। ਸੋ ਉਹਦੇ ਲਈ ਮੈਂ ਇਹਨਾਂ ਦੀ ਡਿਊਟੀ ਲਾ ਦਿੱਤੀ ਆ ਕਿ ਜੇਕਰ ਉਹ ਰੇੜੀ ਬਰਗਰ ਪਲਾਟ 'ਚ ਲੱਗਦੀ ਸੀਗੀ, ਉਹਦਾ ਕੋਈ ਟ੍ਰੈਫਿਕ ਨੂੰ ਕੋਈ ਹਜ਼ਾਰ ਨਹੀਂ ਸੀਗਾ, ਉਹ ਕਿਉਂ ਚੁੱਕੀ? ਉਹ ਏ ਸੀ ਸਾਹਿਬ ਦੀ ਮੈਂ ਡਿਊਟੀ ਲਈ ਹੈ, ਜੇ ਦੇਖਣਗੇ ਔਰ ਰੇੜੀ ਨੂੰ ਬਹਾਲ ਕਰਨਗੇ ਜੇ ਉਹ ਪਲਾਟ 'ਚ ਹੈ। ਅਤੇ ਸਰ ਦੇਖਣ ਚਾਹ ਕਿ 25 ਤੋਂ 30 ਰੇੜੀਆਂ ਉੱਥੇ ਲੱਗਦੀਆਂ, ਉਹੀ ਉਹਦੇ ਵਾਸਤੇ ਵੀ ਇਹਨਾਂ ਦੀ ਡਿਊਟੀ ਲਈ ਹੈ ਕਿ ਜਿੰਨੀਆਂ ਉੱਥੇ ਰੇੜੀਆਂ ਲੱਗਦੀਆਂ ਨੇ ਉਹਨਾਂ ਰੇੜੀਆਂ ਦੇ ਵਿੱਚ ਜੋ ਜੋ ਟ੍ਰੈਫਿਕ ਦੇ ਵਿੱਚ, ਮੈਂ ਇਹ ਨਹੀਂ ਸੀਗਾ ਕਿ ਚੁੱਕਣੀਆਂ ਰੇੜੀਆਂ ਦਾ ਮਤਲਬ ਇਹ ਨਹੀਂ ਸੀਗਾ ਕਿ ਰੇੜੀਆਂ ਉੱਥੋਂ ਰਿਮੂਵ ਕਰਨੀਆਂ। ਹਾਂਜੀ, ਰੇੜੀਆਂ ਦਾ ਮਤਲਬ ਇਹ ਹੈ ਕਿ ਟ੍ਰੈਫਿਕ ਜਿਹੜੀ ਹੈਗੀ ਆ ਉਹਨਾਂ ਦਾ, ਰੇੜੀਆਂ ਸਾਰੇ ਫਗਵਾੜੇ 'ਚ ਕਿੰਨੀਆਂ ਰੇੜੀਆਂ, ਹਾਂਜੀ, ਟ੍ਰੈਫਿਕ ਜਿਹੜੀ ਹੈਗੀ ਆ ਉਹ ਚੱਲਦੀ ਕਰਦੀ ਹੈ। ਸਰ ਸੋ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ 25-30 ਜਿਹੜੀਆਂ ਹੈਗੀਆਂ ਉਹ ਨਹੀਂ ਕੋਈ ਚੁੱਕੀਆਂ, ਉਹ ਵੀ ਅੱਜ ਦੇਖਣਗੇ ਕਿ ਜਿਹੜੀਆਂ ਰੇੜੀਆਂ ਉਹ ਟ੍ਰੈਫਿਕ ਨੂੰ ਆਜ਼ਾਦ ਕਰਦੀਆਂ ਹੁੰਦੀਆਂ ਉਹਨਾਂ ਨੂੰ ਜ਼ਰੂਰ ਮੂਵ ਕੀਤਾ ਜਾਏ। ਮੂਵ ਕਰਨ ਵਾਲੀ ਕੋਈ ਗੱਲ ਹੈ ਨਹੀਂ, ਲੇਕਿਨ ਇਹ ਜ਼ਰੂਰ ਹੈਗਾ ਕਿ ਜਿਵੇਂ ਆਪਾਂ ਹੁਣੇ ਗੱਲ ਕੀਤੀ ਕਿ ਜਮਘਟਾ ਲੱਗਾ ਉੱਥੇ ਵੀ ਰੇਲਵੇ ਰੋਡ ਹੈਗੀ ਆ, ਸਿਨੇਮਾ ਰੋਡ ਹੈਗੀ ਆ, ਸੋ ਉਹਨਾਂ ਲਈ ਇੱਕ ਹੁਣ ਅਸੀਂ ਪਲੈਨ ਬਣਾਈ ਆ ਕਿ ਜਿਨ ਯੈਲੋ ਲਾਈਨ ਲੱਗ ਗਈ, ਇੱਕ ਯੈਲੋ ਲਾਈਨ ਤੋਂ ਪਿੱਛੇ ਪਿੱਛੇ ਲੱਗਣਗੇ। ਠੀਕ, ਉਹ ਐਸ ਪੀ ਸਾਹਿਬ ਨਾਲ ਮੇਰਾ ਤਾਲਮੇਲ ਹੋ ਗਿਆ ਕਿ ਇੱਕ ਅੱਧੇ ਦਿਨ 'ਚ ਅਸੀਂ ਪਲੈਨ ਬਣਾ ਕੇ ਸਾਰੀਆਂ ਯੈਲੋ ਲਾਈਨ ਤੋਂ ਪਿੱਛੇ ਪਿੱਛੇ ਲਗਾ ਦਿੰਦੇ। ਬਿਊਰੋ ਰਿਪੋਰਟ, ਸਾਂਝ ਟੀਵੀ।